ਮੰਮੀ ਸੌਰੀ, ਗਲਤੀ ਹੋ ਗਈ। ਵੈਸੇ ਤਾਂ ਬੜਾ ਬੋਲਦੀ ਰਹਿੰਦੀ ਹੈ ਕਿ ਤੈਨੂੰ ਸਹੀ ਤੇ ਗਲਤ ਦਾ ਬਹੁਤ ਪਤਾ ਹੈ, ਪਰ ਗਲਤੀ ਕਰਨ ਤੋਂ ਪਹਿਲਾਂ ਤੂੰ ਇੱਕ ਵਾਰ ਵੀ ਨਹੀਂ ਸੋਚਦੀ ਕਿ ਕੀ ਕਰਨ ਡਈ ਹੈ, ਕੀ ਸਹੀ ਹੈ ਤੇ ਕੀ ਗਲਤ ਹੈ। ਇਹੋ ਜਿਹੀ ਘਟੀਆ ਹਰਕਤ ਕਰਨ ਤੋਂ ਪਹਿਲਾਂ ਤੂੰ ਇੱਕ ਵਾਰ ਵੀ ਨਹੀਂ ਸੋਚਿਆ ਆਪਣੇ ਘਰਦਿਆਂ ਦੀ ਇੱਜ਼ਤ ਬਾਰੇ। ਕਿਹੜੇ ਮੁੰਡੇ ਦੀ ਗੱਲ ਕਰ ਰਹੀ ਸੀ ਉਹ ਜਨਾਨੀ ਜਿਹਦੇ ਨਾਲ ਤੇਰਾ ਚੱਕਰ ਚੱਲ ਰਿਹਾ ਔਰ ਜਿਹਦੇ ਕਰਕੇ ਤੂੰ ਆਪਣੇ ਘਰਦਿਆਂ ਦੀ ਇੱਜ਼ਤ ਉਛਾਲ ਕੇ ਆ ਗਈ ਹੈ? ਮਾਈ, ਜੇ ਇਹੋ ਜਿਹੀ ਕੋਈ ਗੱਲ ਸੀ ਤਾਂ ਦੱਸਣਾ ਚਾਹੀਦਾ ਸੀ ਨਾ ਸਾਨੂੰ। ਅਸੀਂ ਕਦੋਂ ਮਨਾ ਕੀਤਾ ਤੈਨੂੰ ਆਪਣੀ ਪਸੰਦ ਦੇ ਮੁੰਡੇ ਨਾਲ ਵਿਆਹ ਕਰਨ ਤੋਂ? ਖਸਮਾਂ ਨੂੰ ਖਾਵੇ ਵਿਆਹ, ਹੁਣ ਤੇ ਤੂੰ ਪਹਿਲਾਂ ਮੈਨੂੰ ਇਹ ਦੱਸ ਕਿ ਉਹ ਮੁੰਡਾ ਕੌਣ ਹੈ? ਨਾ ਇਹੋ ਸੀ ਤੇਰਾ ਸੁਪਨਾ ਜਿਹਦੇ ਕਰਕੇ ਤੂੰ ਐਡਾ ਵੱਡਾ ਕਾਂਡ ਕਰਕੇ ਆਈ ਹੈ? ਕੋਈ ਨਹੀਂ ਹੈ ਮੰਮੀ, ਉਹ ਤਾਂ ਮੈਂ ਮੁੰਡਿਆਂ ਨੂੰ ਭਜਾਉਣਾ ਸੀ ਇਸ ਲਈ ਮੈਂ ਲੱਕੀ ਦੀ ਮਦਦ ਲਿੱਤੀ ਸੀ ਝੂਠ ਮੂਠ ਦਾ ਡਰਾਮਾ ਕਰਨ ਲਈ। ਮਾਹੀ, ਡਰਾਮਾ ਨਹੀਂ ਕਰਨਾ ਮੈਂ ਵਿਆਹ, ਮੈਂ ਆਪਣਾ ਸੁਪਨਾ ਪੂਰਾ ਕਰਨਾ ਹੈ। ਕਿੰਨਾ ਮੁਸ਼ਕਿਲ ਹੈ ਗੱਲ ਸਮਝਾਉਣਾ। ਇੱਕ ਮੁੰਡੇ ਨਾਲ ਮਿਲ ਕੇ ਐਡਾ ਵੱਡਾ ਨਾਟਕ ਕੀਤਾ ਤੂੰ, ਉਹ ਵੀ ਸਰਪੰਚ ਦੇ ਮੁੰਡੇ ਨਾਲ। ਮਾਹੀ, ਨਿੱਕਾ ਜਿਹਾ ਪਿੰਡ ਹੈ ਸਾਡਾ, ਅੱਗ ਵਾਂਗ ਗੱਲ ਫੈਲ ਜਾਂਦੀ ਹੈ। ਤੇਰੇ ਬਾਊ ਜੀ ਤੇ ਦੀਪਕ ਦੀ ਜਿਹੜੇ ਲੋਕੀ ਇੱਜ਼ਤ ਕਰਦੇ ਨੇ, ਕੀ ਉਹ ਮਿੱਟੀ 'ਚ ਮਿਲ ਜੂਗੀ ਸਿਰਫ ਇਸ ਲਈ ਕਿ ਉਹਨਾਂ ਦੀ ਧੀ ਉਹਨਾਂ ਦੇ ਹੱਥਾਂ 'ਚੋਂ ਨਿਕਲ ਗਈ ਹੈ? ਕੋਈ ਹੋਰ ਹੁੰਦੀ ਨਾ ਸਾਰੇ ਪਿੰਡ ਦੇ ਸਾਹਮਣੇ ਇੱਜ਼ਤ ਲਾ ਦੇਣੀ ਸੀ ਸਾਡੇ ਪਰਿਵਾਰ ਦੀ। ਐਤਵਾਰ ਵਾਲਾ ਦਿਨ ਸਾਰੇ ਲੋਕੀ ਗਏ ਹੁੰਦੇ ਨੇ ਗੁਰਦੁਆਰੇ, ਅਸੀਂ ਕਿਸੇ ਨੂੰ ਕੀ ਮੂੰਹ ਵਿਖਾਉਣਾ ਸੀ? ਸ਼ੁਕਰ ਹੈ ਉਸ ਜਨਾਨੀ ਹੈਰੀ ਦੀ ਮੰਮੀ ਦਾ ਜਿਹਨੇ ਮੈਨੂੰ ਅਲੱਗ ਲਿਜਾ ਕੇ ਗੱਲ ਕੀਤੀ। ਮਾਈ ਬੇਟਾ, ਸੁਪਨੇ ਵੇਖਣ 'ਚ ਕੋਈ ਹਰਜ ਨਹੀਂ ਹੈ ਤੇ ਉਹਨੂੰ ਪੂਰਾ ਵੀ ਕਰ, ਪਰ ਕਿਸੇ ਹੋਰ ਦੇ ਮੋਢੇ ਤੇ ਚੜ੍ਹ ਕੇ ਨਹੀਂ, ਆਪਣੇ ਬਲਬੂਤੇ ਤੇ ਆਪਣੀ ਦਮ ਤੇ। ਤੇ ਮੈਨੂੰ ਤਾਂ ਕਦੇ ਯਾਦ ਨਹੀਂ ਕਿ ਮੈਂ ਤੈਨੂੰ ਇਹ ਸਿਖਾਇਆ ਹੋਏ ਕਿ ਕਿਸੇ ਹੋਰ ਦਾ ਇਸਤੇਮਾਲ ਕਰਕੇ ਆਪਣਾ ਕੰਮ ਬਣਾਓ। ਬਹੁਤ ਗਲਤ ਕੀਤਾ ਮਾਈ। ਮੈਂ ਮੰਨਦੀ ਹਾਂ ਬਾਊ ਜੀ, ਮੇਰਾ ਤਰੀਕਾ ਗਲਤ ਸੀ, ਪਰ ਜੋ ਮੰਮੀ ਕਰ ਰਹੇ ਨੇ ਕੀ ਉਹ ਠੀਕ ਆ? ਮੰਮੀ, ਤੁਸੀਂ ਜ਼ਬਰਦਸਤੀ ਮੇਰਾ ਵਿਆਹ ਕਰਾਉਣਾ ਚਾਹੁੰਦੇ ਹੋ, ਕੀ ਇਹ ਗੱਲ ਠੀਕ ਹੈ? ਮੈਨੂੰ ਮੇਰੇ ਸੁਪਨੇ ਪੂਰੇ ਕਰਨ ਦਾ ਇੱਕ ਮੌਕਾ ਨਹੀਂ ਦੇ ਰਹੇ ਤੁਸੀਂ। ਤੁਸੀਂ ਆਪ ਦੱਸੋ ਮੰਮੀ, ਇਹ ਸਭ ਜਾਇਜ਼ ਹੈ? ਹੋ ਜਾਂਦੀ ਹੋਮ ਸਾਇੰਸ 'ਚ ਪਾਸ ਤਾਂ ਇੰਨਾ ਵੱਡਾ ਵਖੇੜਾ ਨਾ ਹੁੰਦਾ। ਤੈਨੂੰ ਪੜ੍ਹਨ ਲਈ ਸਿਰਫ ਇਸ ਲਈ ਕਹਿੰਦੀ ਹਾਂ ਨਾ, ਤਾਂ ਕਿ ਤੂੰ ਆਪਣਾ ਸੁਪਨਾ ਵਧੀਆ ਤਰੀਕੇ ਨਾਲ ਪੂਰਾ ਕਰ ਸਕੇ। ਪਰ ਕੋਈ ਨਾ, ਹੁਣ ਕਰ ਤੂੰ ਆਪਣਾ ਸੁਪਨਾ ਪੂਰਾ, ਪਰ ਮੈਂ ਵੀ ਆਪਣੀਆਂ ਕੋਸ਼ਿਸ਼ਾਂ ਛੱਡਾਂਗੀ ਨਹੀਂ। ਇਸ ਲਈ ਹੁਣ ਆਪਾਂ ਦੋਵੇਂ ਇੱਕ ਦੂਜੇ ਨਾਲ ਉਦੋਂ ਹੀ ਗੱਲ ਕਰਾਂਗੇ ਜਾਂ ਤਾਂ ਤੂੰ ਆਪਣਾ ਸੁਪਨਾ ਪੂਰਾ ਕਰ ਲੇਂਗੀ ਜਾਂ ਮੈਂ ਆਪਣੀ ਕੋਸ਼ਿਸ਼ ਪੂਰੀ ਕਰ ਲਾਂਗੀ। ਮੇਰੀਆਂ ਗੱਲਾਂ ਹੀ ਬੁਰੀਆਂ ਲੱਗਦੀਆਂ ਨੇ ਨਾ ਤੈਨੂੰ, ਹੁਣ ਤੂੰ ਵੇਖੀ ਤੇਰੇ ਕੰਨ ਤਰਸ ਜਾਣਗੇ ਆਪਣੇ ਮਾਂ ਦੇ ਮੂੰਹੋਂ ਆਪਣਾ ਨਾਂ ਸੁਣਨ ਲਈ। ਹੁਣ ਮੈਂ ਨਹੀਂ ਕਰਾਂਗੀ ਤੇਰੇ ਨਾਲ ਗੱਲ, ਹੁਣ ਤੂੰ ਆਪਣਾ ਸੁਪਨਾ ਪੂਰਾ ਕਰ ਤੇ ਮੈਂ ਵੀ ਵੇਖਦੀ ਹਾਂ ਕਿ ਕਿਹੜੇ ਮੁੰਡੇ ਵਾਲਿਆਂ ਨੂੰ ਬੁਲਾਉਣਾ ਹੈ ਘਰੇ। ਮਾਂ ਜੀ, ਭਰਜਾਈ ਜੀ।